ਤੁਹਾਡਾ ਸਭ ਦਾ ਤੁਹਾਡੇ ਪੇਜ ਤੁਹਾਡੀ ਚੈਨਲ ਯੂਟਿਊਬ ਤੇ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਹੋਇਆ ਫੋਲੋ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੁਹਾਨੂੰ ਅੱਜ ਬਹੁਤ ਇੰਟਰਸਟਿੰਗ ਵਾਲੀ ਦਿਖਾਉਣ ਵਾਲੀ ਹਾਂ ਵੀ ਤੁਸੀਂ ਕਹੋਗੇ ਰੋਜ਼ ਨਵੀਆਂ ਹਾਂ ਰੋਜ਼ ਨਵੀਆਂ ਚੀਜ਼ਾਂ ਤੇ ਨਵੀਂ ਤਰ੍ਹਾਂ ਦੀਆਂ ਕਿਸੇ ਨੇ ਮੈਨੂੰ ਦੱਸੋ ਅਜੇ ਜਿਉਂਦਿਆਂ ਵੇਖੇ ਨੇ ਇਹ ਵੇਲੇ ਬੈਂਗਣ ਕੀ ਹੈ ਹਰੇ ਪਹਿਲਾਂ ਲੰਬੇ ਬੈਂਗਣ ਆਉਂਦੇ ਸੀ ਵਾਈਟ ਵਾਲੇ ਵੀ ਆਉਂਦੇ ਸੀ ਲੇਕਿਨ ਇਹ ਵਾਲੇ ਗੋਲ ਵਾਲੇ ਜਿਹੜੇ ਬੈਂਗਣ ਹੁੰਦੇ ਗੋਲ ਤਾਂ ਨਹੀਂ ਹੈ ਲੰਬੇ ਜਿਹੇ ਬੈਂਗਣ ਨੇ ਇਹ ਅਸੀਂ ਪਹਿਲੀ ਵਾਰੀ ਦੇਖੇ ਅਤੇ ਇਹਦਾ ਕੁਝ ਬਣਾ ਕੇ ਦਿਖਾਉਂਦੀ ਹਾਂ ਤੁਹਾਨੂੰ ਹਰੇ ਕਲਰ ਦੇ ਬੈਂਗਣਾਂ ਨੂੰ ਅਸੀਂ ਦੇਖੋ ਕੀ ਬਣਾ ਦਿੰਦੇ ਹਾਂ ਅਸੀਂ ਤਾਂ ਪਤਾ ਨਹੀਂ ਕੀ ਕੁਛ ਕਰ ਛੱਡਦੇ ਹਾਂ ਕਿ ਆਹ ਤਾਂ ਹੈਗਾ ਜੇ ਬੇਸਣ ਲਿਆ ਮੈਂ ਥੋੜ੍ਹਾ ਜਿਹਾ ਅਤੇ ਇਹ ਲੈ ਲਿਆ ਜੇ ਚਾਵਲਾਂ ਦਾ ਆਟਾ ਅਤੇ ਇਹਨਾਂ ਦੇ ਵਿੱਚ ਅਸੀਂ ਪਾਵਾਂਗੇ ਥੋੜ੍ਹੀ ਜਿਹੀ ਜਵੈਣ ਠੀਕ ਹੈ ਵੈਸੇ ਕੋਈ ਮੇਰਾ ਤਾਂ ਹੈ ਨਹੀਂ ਜਵੈਣ ਦਾ ਪਰ ਚਲੋ ਸਾਰੇ ਹੀ ਕਹਿੰਦੇ ਰਹਿੰਦੇ ਨੇ ਪਾ ਲੈ ਭਾਈ ਪਾਇਆ ਕਰੋ ਪਾਇਆ ਪਾ ਦਿੰਦੇ ਹਾਂ ਬਾਈ ਸਾਡੇ ਕੀ ਜਾਂਦਾ ਜੀ ਜਰਾ ਕੁ ਪਾਵਾਂਗੇ ਨਮਕ ਇਹ ਜ਼ਿਆਦਾ ਹੈ ਥੋੜ੍ਹਾ ਜਿਹਾ ਹੀ ਪਾਉਣਾ ਅਤੇ ਥੋੜ੍ਹੀ ਜਿਹੀ ਅਸੀਂ ਕੁੱਟੀ ਹੋਈ ਲਾਲ ਮਿਰਚ ਬਸ ਹਲਦੀ ਪਾਈਏ ਹਰ ਵਾਰੀ ਪੁੱਛ ਲੈਂਦੇ ਹਾਂ ਹਲਦੀ ਪਾਈਏ ਤੁਸੀਂ ਭਲਾ ਮੈਨੂੰ ਜਵਾਬ ਦਿੰਦੇ ਪਏ ਹੋ ਕਿਸੇ ਗੱਲ ਤੋਂ ਨਹੀਂ ਨਾ ਮੈਂ ਪਾ ਦਿੱਤੀ ਅਤੇ ਆਹ ਹੈਗਾ ਜੇ ਫਿਰ ਸਾਡੇ ਕੋਲ ਲਸਣ ਦਾ ਪਾਣੀ ਇਹ ਮੈਂ ਕਈ ਵਾਰੀ ਦਿਖਾ ਚੁੱਕੀ ਹਾਂ ਫਿਰ ਵੀ ਮੈਨੂੰ ਤੁਸੀਂ ਪੁੱਛਦੇ ਜ਼ਰੂਰ ਹੋ ਇਹ ਲਸਣ ਦਾ ਪਾਣੀ ਜਿਹੜਾ ਹੈ ਲਸਣ ਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰਕੇ ਪਾਣੀ ਪਾ ਕੇ ਅਤੇ ਬਣਾਇਆ ਹੋਇਆ ਵਾ ਮੇਰੇ ਚੈਨਲ 'ਤੇ ਪਿਆ ਹੋਇਆ ਵੇਖ ਲੈਣਾ ਇਹਦੇ ਵਿੱਚ ਪਾਣੀ ਪਾ ਕੇ ਅਤੇ ਇਹਨੂੰ ਹੁਣ ਅੱਛੀ ਤਰ੍ਹਾਂ ਨਾਲ ਅਸੀਂ ਘੋਲ ਲਈਏ ਬਣਾਵਾਂਗੇ ਬੈਂਗਣਾਂ ਨੂੰ ਹਰੇ ਨੂੰ ਕਰਾਂਗੇ ਪੀਲਾ ਵੀਡੀਓ ਨੂੰ ਪੂਰੀ ਦੇਖ ਲਓ ਤੁਹਾਨੂੰ ਬਹੁਤ ਕੁਛ ਇਹਦੇ ਵਿੱਚ ਮਿਲੇਗਾ ਨਵੀਆਂ ਚੀਜ਼ਾਂ ਨਵੇਂ ਟਿਪਸ ਦੇਖੋ ਸਭ ਤੋਂ ਪਹਿਲਾਂ ਟਿਪ ਹੈ ਵੀ ਇਹਨੂੰ ਨਾ ਤੁਸੀਂ ਇੰਜ ਕਰਕੇ ਨਾ ਆਂਡੇ ਵਾਂਗ ਬੀਟ ਕਰੋ ਇਹਨੂੰ ਇਸ ਤਰ੍ਹਾਂ ਕਰੋ ਜਿੰਨਾ ਜ਼ੋਰ ਨਾਲ ਜਿੰਨੀ ਦੇਰ ਕਰ ਸਕਦੇ ਹੋ ਅਤੇ ਇਹ ਫਲੱਫੀ ਹੋ ਜਾਵੇ ਫਿਰ ਪਕੌੜੇ ਜਿਹੜੇ ਹੈ ਬੜੇ ਹਾਏ ਬੋਲ ਤਾਂ ਪਕੌੜੇ ਹਾਂਜੀ ਪਕੌੜੇ ਹੀ ਬਣਾਉਣੇ ਆ ਬੈਂਗਣ ਦੇ ਪਰ ਹੋਰ ਤਰ੍ਹਾਂ ਦੇ ਇਹ ਜੀ ਦੋ ਬੈਂਗਣ ਮੈਂ ਲਏ ਨੇ ਅਤੇ ਇਹਨਾਂ ਨੂੰ ਇੱਦਾਂ ਕੱਟ ਦਿਆਂਗੀ ਗੋਲ ਗੋਲ ਠੀਕ ਹੈ ਪੰਜ ਸੱਤ ਹੀ ਬਣਾਵਾਂਗੀ ਪਕੌੜੇ ਹੁਣ ਹਰ ਵਕਤ ਕੌਣ ਖਾਵੇ ਅਤੇ ਇਹ ਨਾ ਜੀ ਪਕੌੜੇ ਤਾਂ ਖੈਰ ਬੜੇ ਸਵਾਦ ਬਣਨ ਵਾਲੇ ਨੇ ਅਤੇ ਇਹਦੇ ਵਿੱਚ ਪਤਾ ਕੀ ਮੈਨੂੰ ਕਿਉਂ ਅੱਜ ਆਇਆ ਪਕੌੜੇ ਬਣਾਉਣ ਦਾ ਕਿਉਂਕਿ ਮੇਰੇ ਕੋਲ ਸਵੇਰ ਦੇ ਜਿਹੜੇ ਆਲੂ ਸਨ ਨਾ ਉਹ ਬਚੇ ਪਏ ਨੇ ਰੋਟੀ ਵਾਲੇ ਅਤੇ ਮੈਂ ਕਿਹਾ ਚਲੋ ਅੱਜ ਕੋਈ ਹੋਰ ਨਵੀਂ ਕ੍ਰੀਏਸ਼ਨ ਕਰਦੇ ਹਾਂ ਇਹ ਕੀੜਾ ਤਾਂ ਨਹੀਂ ਅਤੇ ਹੋਰ ਕੀ ਹੈ ਅਤੇ ਕੀੜਿਆਂ ਵਾਲਾ ਬੈਂਗਣ ਕਹਿੰਦੇ ਨੇ ਖਰਾ ਹੁੰਦਾ ਕਿਉਂਕਿ ਤੁਸੀਂ ਪੁੱਛੋ ਕਿਉਂ ਖਰਾ ਹੁੰਦਾ ਕੀੜਿਆਂ ਵਾਲਾ ਬੈਂਗਣ ਇਸ ਕਰਕੇ ਖਰਾ ਹੁੰਦਾ ਵੀ ਇਹਦੇ 'ਤੇ ਸਪਰੇ ਨਹੀਂ ਹੋਏ ਹੁੰਦੀ ਜਿਹਨਾਂ ਜਿਹੜੇ ਬਿਲਕੁਲ ਸਾਫ਼ ਹੁੰਦੇ ਨੇ ਨਾ ਉਹਨਾਂ 'ਤੇ ਹੋਈ ਹੁੰਦੀ ਹੈ ਸਪਰੇ ਆਲੂ ਪਏ ਸਨ ਸਵੇਰ ਦੇ ਠੀਕ ਹੈ ਅਸੀਂ ਕੀ ਕਰਾਂਗੇ ਇਹਨਾਂ ਆਲੂ ਬੈਂਗਣ ਵੀ ਤਾਂ ਖਾਂਦੇ ਹਾਂ ਅਤੇ ਇਹਨਾਂ ਨੂੰ ਵੀ ਅਸੀਂ ਇੱਦਾਂ ਕਰਕੇ ਵਿੱਚ ਟਿੱਕੀ ਭਰ ਦਿਆਂਗੇ ਟਿੱਕੀ ਭਰ ਕੇ ਆਲੂਆਂ ਦੀ ਦੇਖੋ ਇਸ ਤਰ੍ਹਾਂ ਇਹਨਾਂ ਸਾਰੀਆਂ ਨੂੰ ਇੱਦਾਂ ਦੋ ਦੋ ਨੂੰ ਡਬਲ ਡਬਲ ਕਰਕੇ ਰੱਖ ਲਾਂਗੇ ਇਹ ਜੀ ਅਸੀਂ ਸਾਰੇ ਡਬਲ ਭਰ ਕੇ ਜਿਹੜੇ ਹੈ ਉਹ ਸਾਈਡਾਂ ਜਿਹੜੀਆਂ ਨੇ ਇਹਨੂੰ ਕੱਟ ਕੇ ਮਤਲਬ ਇਹਨਾਂ ਨੂੰ ਰਿਮੂਵ ਕਰਕੇ ਅਤੇ ਇਹ ਸਾਡੇ ਹੋ ਗਏ ਨੇ ਤਿਆਰ ਬੈਂਗਣ ਜਿਹੜੇ ਜੇ ਨਾ ਹੁਣ ਬੈਂਗਣ ਇਹਨੂੰ ਇੱਦਾਂ ਕਰੋ ਅਤੇ ਸਾਰੇ ਬੈਂਗਣ ਨੂੰ ਵਧੀਆ ਜਿਹਾ ਲਗਾ ਕੇ ਵੇਸਣ ਹਟੋ ਜੀ ਇੱਧਰ ਆ ਜਾਓ ਇਹਦੇ ਵਿੱਚ ਪਾ ਦਿਓ ਲਓ ਜੀ ਇਹ ਸਾਰੇ ਬੈਂਗਣ ਅਸੀਂ ਵੇਸਣ ਲਗਾ ਕੇ ਅਤੇ ਘੀ ਦੇ ਵਿੱਚ ਪਾ ਦਿੱਤੇ ਨੇ ਅਤੇ ਬਣ ਰਹੇ ਨੇ ਤੂੰ ਕੀ ਲੈਣੇ ਹੈ ਕਿਸੇ ਨੂੰ ਪੁੱਛਣਾ ਤੂੰ ਕੀ ਲੈਣਾ ਬੈਂਗਣ ਹੈ ਭਾਈ
हाँ मैं खाने ने बैंगन, तुहानू भी लैना, मैं खाने है, लो फड़ो फिर तुसी भी खाओ, बहुत स्वाद वाले ये बनेंगे, ये मैंने पक्का पता है, बाकी मैंने पता कुछ नहीं। ते ये जड़े असी पाते सारे, ये बन रहे जे डबल स्टोरी बैंगन, डबल स्टोरी, डबल स्टोरी घर वेखे ने ना, डबल स्टोरी जड़े हैं बैंगन भी बन सकते हैं। देखो क्या बढ़िया कलर आ रहे, पहला तो आप ही हरे सन, ते फिर उत्तों असी होर इन्हों चमका छड़िया, ते इन्हों परताल के ते दूजा पासा भी वधिया वाला पका लेंगे। लो जी ये दो मंजिला जड़े ने, डबल स्टोरी जड़े होंगे ना वो पंजाबी च की कहें, दो मंजिला बैंगन के पकौड़े बन के हो गए तैयार। किसी का थाली का बैंगन और कोई कहें तू की लेना है बैंगन, पर असी तो खाने ने बैंगन। लो फिर हुणे बन गए जे बड़े वधिया वाले पकौड़े, ते नाले खावांगे असी पकौड़े ते नाले पियांगे चाह। लो जी दो मंजिला बैंगन दे पकौड़े हो गए जे तैयार, ते खाण वाले भी आ जान, ते चलो फिर चाह पीने आ पकौड़िया नाल।